2015 ਵਿੱਚ ਹੋਏ ਬਹਿਬਲ ਕਲਾਂ ਗੋਲੀ ਕਾਂਡ ਜਿਸ ਵਿੱਚ 2 ਸਿੱਖ ਸ਼ਹੀਦ ਹੋਏ ਸਨ, ਉਸ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ 'ਤੇ ਕਰਵਾਉਣ ਵਾਲੇ ਦੋਸ਼ੀਆਂ ਨੂੰ ਹੁਣ ਨੇੜੇ ਤੋਂ ਉਹ ਲੱਭਣ ਦੀ ਕਾਮਯਾਬੀ ਹਾਸਲ ਕਰਨ ਵਾਲੇ IPS ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੁਝ ਦਿਨ ਪਹਿਲਾਂ ਹੋਏ ਤਬਾਦਲੇ ਨੂੰ ਮੰਦਭਾਗਾ ਦੱਸਦੇ ਹੋਏ ਸਿੱਖ ਸਦਭਾਵਨਾ ਦਲ ਦੇ ਸ਼ਹਿਰੀ ਪ੍ਰਧਾਨ ਭਾਈ ਅਰਸ਼ਦੀਪ ਸਿੰਘ ਖਾਲਸਾ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਗਿਆ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਹ ਮਾਮਲਾ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਨਾ ਕਿ ਰਾਜਨੀਤਿਕ ਹੈ। ਇਸ ਲਈ IPS ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਵਿੱਚ ਹੋਈ ਨਜ਼ਰਸਾਨੀ ਨੂੰ ਦੁਬਾਰਾ ਤੋਂ ਵਿਚਾਰਦੇ ਹੋਏ ਬਹਾਲੀ ਵਿੱਚ ਤਬਦੀਲ ਕੀਤਾ ਜਾਵੇ। ਅੱਜ ਸਿੱਖ ਸਦਭਾਵਨਾ ਦਲ ਅਤੇ ਸਮੂਹ ਲੁਧਿਆਣੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਅੱਜ ਤੋਂ 4 ਸਾਲ ਪਹਿਲਾਂ ਜੋ ਪੰਜਾਬ ਦੀ ਧਰਤੀ 'ਤੇ ਬੁੱਢ ਸਿੰਘ ਵਾਲਾ ਪਿੰਡ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ, ਉਹਦੇ ਰੋਸ ਵਜੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਜਦੋਂ ਇੱਕ ਸ਼ਾਂਤਮਈ ਢੰਗ ਦੇ ਨਾਲ ਉਹਦਾ ਵਿਰੋਧ ਕੀਤਾ, ਸੰਗਤ ਨੂੰ ਇਕੱਠੇ ਕਰਕੇ ਸਰਕਾਰਾਂ ਨੂੰ ਹਲੂਣਾ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਉਹ ਫੜੇ ਜਾਣ, ਅਤੇ ਉਹ ਜਿਹੜੀ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ, ਅਤੇ ਉਹਨਾਂ 'ਤੇ ਜਿਹੜੀ ਮੌਕੇ ਦੀ ਜਿਹੜੀ ਜ਼ਾਲਮ ਹਕੂਮਤ ਹੈ ਉਹਨਾਂ ਨੇ ਨਾ ਕੇਵਲ ਡਾਂਗਾਂ ਦੇ ਨਾਲ, ਪਾਣੀ ਦੀਆਂ ਬੁਛਾਰਾਂ ਦੇ ਨਾਲ, ਬਲਕਿ ਗੋਲੀਆਂ ਦੇ ਨਾਲ ਉਹਨਾਂ ਨੂੰ ਛੱਲੀ ਛੱਲੀ ਕੀਤਾ। ਸੋ ਉਹ ਜਿਹੜੀ ਸਰਕਾਰ ਨੇ ਇੱਕ ਉਸ ਸਮੇਂ 'ਤੇ ਕਮਿਸ਼ਨ ਬਣਾਈ, ਜੋਰਾ ਸਿੰਘ ਕਮਿਸ਼ਨ, ਜਿਹਦੀ ਗੱਲ ਜਿਹਦੀ ਰਿਪੋਰਟ ਨੂੰ ਸਰਕਾਰ ਨੇ ਨਕਾਰ ਦਿੱਤਾ। ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ, ਪਿਛਲੇ 2 ਸਾਲ ਤੋਂ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਨੂੰ ਵੀ ਉਹਨਾਂ ਨੇ ਨਕਾਰ ਦਿੱਤਾ, ਅਤੇ ਉਸ ਤੋਂ ਬਾਅਦ ਹੁਣ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਜਿਹੜੀ ਬਣਾਈ ਗਈ ਸੀ ਉਹਦੇ ਵਿੱਚ ਜਦੋਂ ਕੁੰਵਰ ਵਿਜੇ ਪ੍ਰਤਾਪ ਜੀ ਵਰਗੇ ਜਿਹੜੇ ਅਫਸਰ ਨੇ, ਨੇਕ ਨੀਤ ਜਿਹੜੇ ਅਫਸਰ ਨੇ, ਜਿਹੜੇ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਸੀ, ਇਨਵੈਸਟੀਗੇਸ਼ਨ ਨੇੜੇ ਆ ਗਈ ਸੀ, ਦੋਸ਼ੀਆਂ ਦੇ ਜਿਹੜੇ ਮੁੱਖ ਸਾਹਮਣੇ ਆਉਣੇ ਸੀ, ਅਤੇ ਉਹਨਾਂ ਦੀ ਬਦਲੀ ਕਰ ਦਿੱਤੀ ਗਈ। ਸੋ ਬਹੁਤ ਜਿਹੜੀ ਇੱਕ ਨਿੰਦਣਯੋਗ ਗੱਲ ਹੈ, ਇਹ ਜਿਹੜਾ ਚੋਣ ਕਮਿਸ਼ਨ ਪ੍ਰਣਾਲੀ ਬਣੀ ਇਸ ਮੁਲਕ ਦੀ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਸਿੱਖ ਭਾਵਨਾਵਾਂ, ਇਹ ਸਿੱਖੀ ਜਿਹੜਾ ਮੁਲਕ ਜਿਹੜਾ ਹੈ ਇਹ ਸਿੱਖ ਭਾਵਨਾਵਾਂ ਦੇ ਸਿਰ 'ਤੇ ਹੈ, ਇਹ ਸਿੱਖ ਧਰਮ ਦੇ ਸਿਰ 'ਤੇ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਅੱਜ ਇਸ ਧਰਮ ਨੂੰ ਆਜ਼ਾਦੀ ਦਿਵਾਈ, ਇੱਕ ਜਿਹੜਾ ਡੈਮੋਕ੍ਰੈਟਿਕ ਰਾਈਟ ਦਿਵਾਇਆ, ਅਤੇ ਉਹ ਜਿਹੜੀ ਚੀਜ਼ ਹੈ ਉਹਦੀ ਅਸੀਂ ਪੁਰਜ਼ੋਰ ਜਿਹੜੀ ਨਿੰਦਿਆ ਕਰਦੇ ਹਾਂ, ਨਿਖੇਧੀ ਕਰਦੇ ਹਾਂ। ਅਤੇ ਅੱਜ ਸਮੁੱਚੀ ਟੀਮ ਜਿਹੜੀ ਸਾਡੀ ਇਸ ਥਾਂ 'ਤੇ DC ਦਫ਼ਤਰ ਪਹੁੰਚੀ ਹੈ ਮੰਗ ਪੱਤਰ ਦੇਣ ਲਈ ਵੀ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਬਦਲੀ ਕੀਤੀ ਉਹ ਰੱਦ ਕੀਤੀ ਜਾਵੇ ਅਤੇ ਉਹਨਾਂ ਨੂੰ ਦੁਬਾਰਾ ਆਪਣੀ ਸੀਟ 'ਤੇ ਬਹਾਲ ਕੀਤਾ ਜਾਵੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।